बस वधिया तुम सुनाओ पछाने ठीक है जी थैंक यू ना ले गए ते गाना गा रहे सी नशे से चढ़ गई होए ना जुक्ता नाल बुल्ला नाल लाया होया है मैं ते हजे भी है कईयां दे हत्था ते बुल्ला विच दबिया होया आ मेरी लाली ता शहरां दी कंदा अते पिंडां दी खूबसूरती वधा रही हन कि अपनियां ही मारी जा रहे हो मेनू वेखो मैं ते नौजवानां दी जान ते ठेकियां दी शान आ बीड़ी लो गोल पलो आप सब दा बहुत स्वागत है आज असि अंतरराष्ट्रीय ड्रग अब्यूज डे ते असि इकट्ठे हुए हां और तुहाडे वल्लों सानू इनवाइट करन वल्लों भी असि बहुत तुहाडा धन्नवाद करदे हां सहयोग के नाल सिविल अस्पताल बटाला च एक नशा छुड़ाऊ केंद्र भी उन्होंने वालों चलाया जा रहा है सो 12 साल तो ये अपनी सेवावां दे रहे ने उन्होंने काउंसलर ने इंदू बाला जी देश सूबे की एकता अखंडता की जाना निशावर कीतियां सी
ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਅਤੇ ਹੋਰ ਜਿਹੜੇ ਆਲਾ ਅਫਸਰ ਨੇ ਉਹਨਾਂ ਨੇ ਉਪਰਾਲਾ ਕੀਤਾ ਜੀ। ਜਿਹੜਾ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਜੀ। ਇਹ ਵੇਖੋ ਇਨਸਾਨ ਦੇ ਸਰੀਰ ਦੇ ਵਿੱਚ ਹੀ ਪੈਦਾ ਹੁੰਦਾ ਅਤੇ ਕਿਸੇ ਜ਼ਰੂਰਤਮੰਦ ਦੇ ਗਰੀਬ ਦੇ ਜਾਂ ਕੋਈ ਵੀ ਜਿੱਦਾਂ ਕੋਈ ਐਕਸੀਡੈਂਟ ਵਗੈਰਾ ਹੁੰਦਾ ਜਿਹਨੂੰ ਲੋੜ ਹੁੰਦੀ ਆ ਉਹਨੂੰ ਇਹ ਖੂਨ ਜਿਹੜਾ ਚਾੜਿਆ ਜਾ ਸਕਦਾ। ਇਹ ਕਿਸੇ ਕੋਈ ਸਿਆਸੀ ਰੰਗਤ ਨਹੀਂ ਗੀ ਕੋਈ ਵੀ ਹੈਗੀ, ਇਹ ਪੁਲਿਸ ਆਪਣੇ ਤਰੀਕੇ ਨਾਲ ਹੀ ਕਰ ਰਹੀ ਹੈ ਜੀ। ਕਿਸ ਤਰੀਕੇ ਨਾਲ ਚੱਲ ਰਿਹਾ ਵਾ ਅਤੇ ਖੂਨਦਾਨ ਕਹਿੰਦੇ ਜਿਹੜਾ ਖੂਨਦਾਨ ਕਰਦਾ ਉਹਨੂੰ ਕੀ ਫਾਇਦਾ ਮਿਲਦਾ? ਖੂਨਦਾਨ ਕਰਨ ਵਾਲੇ ਨੂੰ ਤਾਂ ਉਹਦਾ ਸਰੀਰ ਨਰੋਆ ਹੋ ਜਾਂਦਾ ਜੀ। ਜਿਹੜੇ ਕੋਈ ਖੂਨ ਤਾਂ ਵੱਧਦਾ ਘੱਟਦਾ ਰਹਿੰਦਾ, ਜਦੋਂ ਬੰਦੇ ਦੇ ਵਿੱਚ ਖੂਨ ਛੇਤੀ ਜਿਹੜੀ ਹੈ ਮਤਲਬ ਪੂਰਾ ਹੋ ਜਾਂਦਾ ਜੀ, ਦਿੱਤਾ ਵੀ ਜਾਂਦਾ ਅਤੇ ਨਵਾਂ ਖੂਨ ਬਣ ਜਾਂਦਾ ਜੀ। ਪੁਲਿਸ ਮੁਲਾਜ਼ਮ ਤਾਂ ਖੂਨਦਾਨ ਕਰ ਹੀ ਰਹੇ, ਹੋਰ ਵੀ ਲੋਕ ਇੱਥੇ ਆ ਕੇ ਖੂਨਦਾਨ ਕਰਦੇ? ਹੋਰ ਵੀ ਆ ਰਹੇ ਨੇ ਜੀ, ਜਿਹੜੇ ਪੁਲਿਸ ਦੇ ਸੰਬੰਧਿਤ ਲੋਕ ਨੇ ਜਿਨ੍ਹਾਂ ਨੂੰ ਆਪ ਬੁਲਾਇਆ ਵੀ ਆਓ ਜਿਹਨੇ ਖੂਨਦਾਨ ਕਰਨਾ ਉਹ ਇਸ ਤਰ੍ਹਾਂ ਕਰ ਰਹੇ ਨੇ ਜੀ। ਬਹੁਤ ਵਧੀਆ ਚੱਲ ਰਿਹਾ, ਲੋਕਾਂ ਨੂੰ ਇਹ ਅਪੀਲ ਆ ਵੀ ਖੂਨਦਾਨ ਕਰਨਾ ਚਾਹੀਦਾ ਜੀ। ਇਹ ਬੇਸਰਾਦੀ ਲੋੜਵੰਦ ਦੀ ਇਹ ਲੋੜ ਪੂਰੀ ਹੋ ਜਾਂਦੀ ਆ ਅਤੇ ਆਪਾਂ ਨੂੰ ਖੂਨ ਦੇਣ ਵਾਲੇ ਨੂੰ ਇਹਦੇ 'ਚ ਨੁਕਸਾਨ ਕੋਈ ਨਹੀਂ ਹੁੰਦਾ। ਇਹ ਸਰ ਮੈਂ ਤੁਹਾਨੂੰ ਸ਼ੁਰੂ ਤੋਂ ਅੱਜ ਦੱਸਣਾ ਚਾਹੁੰਦਾ, ਅੱਜ ਦਾ ਦਿਨ ਜਿਹੜਾ ਹੈ ਅਸੀਂ ਜਿਹੜਾ 26 ਤਰੀਕ ਨੂੰ ਨਸ਼ਾ ਵਿਰੋਧੀ ਦਿਵਸ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਕੀ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਉਹਦੇ ਤਹਿਤ ਅੱਜ ਅਸੀਂ ਸਵੇਰ ਤੋਂ ਹੀ ਵੱਖ ਵੱਖ ਪ੍ਰੋਗਰਾਮ ਵੱਖ ਵੱਖ ਜਿਹੜੇ ਈਵੈਂਟ ਆ ਉਹ ਕੰਡਕਟ ਕੀਤੇ ਆ। ਅਸੀਂ ਸਵੇਰੇ ਜਿਹੜਾ ਹੈ ਇੱਕ ਮੈਰਾਥਨ ਉਹ ਕੰਡਕਟ ਕੀਤੀ ਸੀ ਜਿਸ ਵਿੱਚ ਸ਼ਹਿਰ ਦੇ ਮੰਨੇ ਪ੍ਰਮੰਨੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਾਂ ਡਾਕਟਰ ਨੇ ਉਹ ਸਾਡੇ ਵਿੱਚ ਸ਼ਾਮਿਲ ਹੋਏ ਸੀ, ਇੰਟਰਨੈਸ਼ਨਲ ਪਲੇਅਰ ਸ਼ਾਮਿਲ ਹੋਏ ਸੀ ਔਰ ਜਿਹਦੇ ਵਿੱਚ ਸਾਡੇ ਸੀਨੀਅਰ ਆਫਿਸਰ ਔਰ ਪੁਲਿਸ ਔਰ ਸਹਾਰਾ ਕਲੱਬ ਔਰ ਸਾਰੇ ਬਟਾਲਾ ਨਿਵਾਸੀ ਜਿਹੜੇ ਆ ਵੱਖ ਵੱਖ ਥਾਵਾਂ ਤੋਂ ਜਿਹੜੇ ਵੱਖ ਵੱਖ ਰਿਪ੍ਰਜੈਂਟ ਕਰਦੇ ਆ ਆਪਣੀਆਂ ਆਪਣੀਆਂ ਐਸੋਸੀਏਸ਼ਨ ਨੂੰ। ਸੋ ਉਹ ਸਵੇਰੇ ਪਹਿਲਾਂ ਅਸੀਂ ਮੈਰਾਥਨ ਜਿਹੜੀ ਉਹ ਕਰਵਾਈ ਆ ਜੀ ਔਰ ਉਹਦੇ ਤੋਂ ਬਾਅਦ 'ਚ ਅਸੀਂ ਆਪਣੀ ਪੁਲਿਸ ਲਾਈਨ ਬਟਾਲਾ ਦੇ ਵਿੱਚ ਖੂਨਦਾਨ ਦਾ ਕੈਂਪ ਜਿਹੜਾ ਹੈ, ਬਲੱਡ ਡੋਨੇਸ਼ਨ ਦਾ ਕੈਂਪ ਜਿਹੜਾ ਹੈ ਉਹ ਅਸੀਂ ਕੈਂਪ ਲਗਾਇਆ ਜੀ, ਜਿਹੜਾ ਸਿਵਲ ਹੋਸਪਿਟਲ ਤੋਂ ਸਾਡੇ ਡਾਕਟਰ ਸਾਹਿਬਾਨ ਆ ਕੇ ਅਤੇ ਉਹਨਾਂ ਨੇ ਸਾਡਾ ਜਿਹੜਾ ਹੈ ਉਹ ਬਲੱਡ ਡੋਨੇਸ਼ਨ ਦੇ ਵਿੱਚ ਸਾਥ ਦਿੱਤਾ, ਜਿਹਦੇ ਵਿੱਚ ਅੱਜ ਜਿਹੜਾ 100 ਯੂਨਿਟ ਤੋਂ ਵੱਧ ਜਿਹੜਾ ਹੈ ਉਹ ਸਾਡੇ ਪੰਜਾਬ ਪੁਲਿਸ ਦੇ ਅਫਸਰ ਸਾਹਿਬਾਨ ਅਤੇ ਸਾਡੇ ਜਵਾਨਾਂ ਵੱਲੋਂ ਬਲੱਡ ਡੋਨੇਟ ਕੀਤਾ ਗਿਆ ਜੀ। ਔਰ ਇਸ ਤਰ੍ਹਾਂ ਹੀ ਇੱਥੇ ਵੱਖ ਵੱਖ ਜਿਹੜੀਆਂ ਸੰਸਥਾਵਾਂ ਸੀ ਜਿਹਦੇ ਵਿੱਚ ਕੋਈ NGO ਸਨ ਉਹਨਾਂ ਨੇ ਅੱਜ ਇੱਕ ਨਾਟਕ ਕੀਤਾ ਔਰ ਲੈਕਚਰ ਕੀਤਾ ਔਰ ਹੋਰ ਕਈ ਇਸ ਤਰ੍ਹਾਂ ਪ੍ਰੋਗਰਾਮ ਜਿਹੜੇ ਸਾਡੇ ਸਾਰਾ ਦਿਨ ਅੱਜ ਜਿਹੜੇ ਉਹ ਚੱਲ ਰਹੇ ਆ। ਸੋ ਇਹਦੇ ਵਿੱਚ ਆ ਕੇ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ। ਨਸ਼ੇ ਦੇ ਵਪਾਰੀਆਂ ਨੂੰ ਮੈਂ ਚੇਤਾਵਨੀ ਇਹ ਦੇਣੀ ਚਾਹੁੰਦਾ ਸਰ ਕਿ ਜਿਸ ਤਰ੍ਹਾਂ ਮੈਂ ਪਹਿਲਾਂ STF 'ਚ 3.5 ਸਾਲ ਰਹਿ ਕੇ ਆਇਆ ਔਰ ਉੱਥੇ ਵਰਕ ਕੀਤਾ, ਸੇਮ ਤਰਜ਼ 'ਤੇ ਮੈਂ ਇੱਥੇ ਵੀ ਵਰਕ ਕਰ ਰਿਹਾ ਔਰ ਬਟਾਲਾ ਦੇ ਵਿੱਚ ਜਿਹੜੀਆਂ ਰਿਕਵਰੀਆਂ ਹੋਈਆਂ ਨੇ ਉਹ ਪਿਛਲੇ ਸਮੇਂ ਨਾਲੋਂ ਕਿਤੇ ਵੱਧ ਕੇ ਨੇ। ਸੋ ਇਹਦੇ 'ਚ ਇਹ ਨਹੀਂ ਮੈਂ ਕਹਿੰਦਾ ਵੀ ਨਸ਼ਾ ਜਿਹੜਾ ਵਾ ਉਹ ਮੁੱਕ ਗਿਆ ਜਾਂ ਵਧਿਆ ਜਾਂ ਘਟਿਆ। ਸੋ ਨਸ਼ਾ ਜਿਹੜਾ ਸਾਡਾ ਬਾਰਡਰ ਦਾ ਡਿਸਟ੍ਰਿਕਟ ਹੋਣ ਕਰਕੇ ਨਸ਼ਾ ਜਿਹੜਾ ਇੱਥੇ ਆਮ ਵਿਕਦਾ ਔਰ ਇੱਕ ਟ੍ਰਾਂਜੈਂਟ ਰੂਟ ਵੀ ਆ ਕਿਉਂਕਿ JNK ਤੋਂ ਆਉਂਦਾ ਅਤੇ ਇੱਧਰ ਗਾਂ ਜ਼ਿਆਦਾ ਕੰਜਮਪਸ਼ਨ ਸਾਡੇ ਬਾਰਡਰ 'ਤੇ ਜਿੱਦਾਂ ਤਰਨ ਤਾਰਨ ਆ, ਮਜੀਠਾ ਵਾ, ਅੰਮ੍ਰਿਤਸਰ ਆ, ਉੱਧਰ ਵੀ ਜਿਹੜਾ ਇਹ ਹੁੰਦਾ ਵਾ ਜਾਂਦਾ। ਸੋ ਨਸ਼ੇ ਦੇ ਸੌਦਾਗਰਾਂ ਨੂੰ ਇਹ ਚੇਤਾਵਨੀ ਆ ਵੀ ਤੁਸੀਂ ਜਿਹੜਾ ਹੈ ਉਹ ਸਾਵਧਾਨ ਹੋ ਜਾਓ, ਸਾਡੇ ਲੋਕਾਂ ਨੂੰ ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ ਅਤੇ ਨਾ ਅਸੀਂ ਕਰਨ ਦੇਣਾ। ਇਹ ਸਾਡੇ ਲੋਕ ਨੇ, ਸਾਡੇ ਭਰਾ ਨੇ, ਸਾਡੇ ਪਰਿਵਾਰ ਨੇ ਅਤੇ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਕਿ ਤੁਸੀਂ ਇਹਨਾਂ ਨੂੰ ਨਸ਼ੇ ਦਾ ਜਿਹੜਾ ਹੈ ਉਹ ਆਦੀ ਬਣਾਓ ਜਾਂ ਇੱਥੇ ਨਸ਼ਾ ਜਿਹੜਾ ਵਾ ਉਹ ਵੇਚੋ। ਇਹਨਾਂ ਨੂੰ ਅਸੀਂ ਬੁੱਕ ਕਰਾਂਗੇ ਔਰ ਵੱਧ ਤੋਂ ਵੱਧ ਸਜਾਵਾਂ ਦਵਾਵਾਂਗੇ ਔਰ ਨਾਲ ਹੀ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਨੇ ਉਹ ਜ਼ਬਤ ਕਰਾਵਾਂਗੇ। ਸਾਡੇ SPD ਸਾਹਿਬ ਖਲੋਤੇ ਆ ਔਰ ਸਾਡਾ ਇਹ ਇੱਕ ਵੱਖਰਾ ਜਿਹੜਾ ਉਹ ਇੱਕ ਗਰੁੱਪ ਬਣਾਇਆ ਹੋਇਆ ਜਿਹੜਾ ਕਿ ਇਸ ਉੱਤੇ ਹੀ ਵਰਕ ਕਰ ਰਿਹਾ ਕਿ ਇਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਨੇ ਉਹ ਅਟੈਚ ਕਰਾ ਰਹੇ ਹਾਂ। ਸੋ ਅਸੀਂ ਜਿਹੜਾ ਨਸ਼ੇ ਵਾਲਿਆਂ ਨੂੰ ਇਹੋ ਚੇਤਾਵਨੀ ਆ ਵੀ ਖਬਰਦਾਰ ਹੋ ਜਾਓ, ਤੁਹਾਨੂੰ ਇਹ ਕਾਮਯਾਬੀ ਨਹੀਂ ਮਿਲਣੀ, ਇਸ ਕਰਕੇ ਇਹ ਕੰਮ ਨੂੰ ਛੱਡ ਕੇ ਅਤੇ ਚੰਗਾ ਕੰਮ ਕਰੋ।